ਅੱਜ ਸੱਚੀ ਕਾਦੀ ਸਵਾਗਤ ਹੈ ਆਪ ਸਭ ਜੀ ਦਾ ਤੁਹਾਡੇ ਆਪਣੇ ਫੀਵੀ ਦੇ ਚੈਨਲ ਉਤੇ ਮੈਂ ਵਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕਿਆ ਹਾਂ ਪਿਛਲੀ ਵਾਰੀ ਆਪਾਂ ਕੀਤੇ 335 ਨੰਬਰ ਪੇਜ ਅੱਜ ਕਰਾਂਗੇ 336 ਨੰਬਰ ਪੇਜ ਤਾਂ ਚਲੋ ਸ਼ੁਰੂ ਕਰਦੇ ਆ ਆਪਣੀ ਫ੍ਰੀ ਸੀਰੀਜ਼ ਪਤੇ ਇਨ ਪੰਜਾਬੀ ਸੋ ਅੱਜ ਆਪਾਂ ਕਰਾਂਗੇ ਸਿਨੈਲ ਇਡੈਂਟੀਫਿਕੇਸ਼ਨ ਇਨ ਆਟੋਸਟਰਾਡਾ ਆਟੋਸਟਰਾਡਾ ਨੂੰ ਪਛਾਣਨ ਵਾਲਾ ਨੰਬਰ ਵੀ ਆਪਾਂ ਕਿਹੜੀ ਆਉਟੋਸਟਰਾਡਾ ਤੇ ਤੁਰਨੇ ਪਏ ਆ ਐ ਆਉਟੋਸਟਰਾਡਾ 25 ਠੀਕ ਹੈ ਆ 25 ਮਤਲਬ ਕਿ ਆਪਾਂ ਆਉਟੋਸਟਰਾਡਾ 25 ਦੇ ਆ ਸੋ ਅੱਧੇ ਪਹਿਲੇ ਸਵਾਲ ਵਾ ਇਲ ਸਿਨਿਆਲੇ ਦਾ ਫਿਕਰ ਆਤੋ ਇੰਡੀਕਾ ਇਲ ਨੂਮਰੋ ਡੇਲਾ ਟੋਸਟਰਾਦਾ ਕਿ ਇੰਡੀਕੇਟ ਕਰਦਾ ਨੰਬਰ ਨੂੰ ਆਟੋਸਟਰਾਦਾ ਦੇ ਬੱਧੇ ਅਗੇ ਸਿ ਪੋ ਤਰੋਵਾਰੇ ਅਲ ਇੰਟਰਨੋ ਦੀ ਉਨ ਸਿਨਿਆਲੇ ਦੀ ਪ੍ਰੀ ਅਵਿਸੋ ਦੀ ਸਵਿੰਕਲੋ ਆਟੋਸਟਰਾਡਾਲੇ ਕੰਨ ਜੀ ਮਿਲ ਸਕਦਾ ਅੰਦਰ ਇੱਕ ਸਿਨਿਆਲੇ ਦੇ ਜ਼ਵਿੰਕਲੋ ਆਟੋਸਟਰਾਡਾਲੇ ਨਾਲ ਕਿ ਟੁੱਟਾ ਹੋਇਆ ਰੋਡ ਜਿੱਥੇ ਰੋਡ ਦੀ ਵੰਡ ਹੁੰਦੀ ਹੈ ਉੱਥੇ ਆਪ ਨੂੰ ਮਿਲ ਸਕਦਾ ਦਿਖਾਣਾ ਕਿਦਾਂ ਆਹ ਫੋਟੋ ਦੇਖੋ ਜਿਵੇਂ ਕਿ ਫੋਟੋ ਦਿਖਾਇਆ ਗਿਆ ਹੈ ਆਵੈਂਤੀ 4 ਠੀਕ ਹੈ ਮਤਲਬ ਕਿ ਇਹ ਆਹ ਆਟੋਸਟਰਾਦਾ ਇੱਕ ਆਵੈਂਤੀ 4 ਦੀ ਹੈ ਠੀਕ ਹੈ ਜੀ ਸੋ ਮੁ Quindi, so, per il numero di autostrada che una freccia indica la direzione per un casello autostradale. Posso cercare un'altra strada che like indica la direzione? Casello autostradale, Toll Plaza di. Posso collegare Toll Plaza di direzione? Vero, identifica l'autostrada numero 25. Posso identificare l'autostrada con no il numero di Pacia? Vero, si trova al confine con l'Austria. ਕਹਿੰਦਾ ਜੀ ਮਿਲਦੀ ਏ ਬਾਰਡਰ ਤੇ ਆਸਟਰੀਆ ਦੇ ਠੀਕ ਹੈ ਆਸਟਰੀਆ ਦੇ ਨਾਲ ਆਪਣਾ ਬਾਰਡਰ ਲੱਗਦਾ ਕਹਿੰਦਾ ਉੱਥੇ ਮਿਲਦੀ ਏ ਫਾਲਸੋ ਇੰਡੀਕਾਲ ਨੁਮਰੋ ਦਲ ਕੁਅਲਕਵੀਆ ਕਹਿੰਦਾ ਇੰਡੀਕੇਟ ਕਰਦਾ ਨੰਬਰ ਪੁੱਲਾਂ ਦਾ ਫਲਾਈਓਵਰ ਵਗੈਰਾ ਜਿਵੇਂ ਪੁੱਲ ਹੋਗੇ ਕਹਿੰਦਾ ਉਹਨਾਂ ਦਾ ਨੰਬਰ ਇੰਡੀਕੇਟ ਕਰਦਾ ਫਾਲਸੋ ਬੱਧੇ ਅਗੇ ਇੰਡੀਕਾਰਾ ਦਿਸਟਾਂਸਾ ਦੇ ਸਿਕੁਰੇਜ਼ਾ ਦਾ ਮੈਂਟੇਨੇਰੀ ਦਲ ਵਿਕੋਲੋ ਕੇ ਇਸਤਾ ਦਵਾਂਤੀ ਕਹਿੰਦਾ ਇੰਡੀਕੇਟ ਕਰਦਾ ਡਿਸਟੈਂਸ ਜਿਹੜਾ ਸਿਕਿਉਰਟੀ ਵਾਲਾ ਰੱਖਣਾ ਪੈਣਾ ਹੈ ਗੱਡੀ ਨਾਲ ਜਿਹੜੀ ਤੁਹਾਡੇ ਅੱਗੇ ਆ ਉਸਤਾ ਦਵਾਂਤੀ ਜਿਹੜੀ ਅੱਗੇ ਰਹਿਣ ਦੀ ਏ ਠ ਮਤਲਬ ਜੇ ਕਿ ਗੱਡੀ ਤੁਹਾਡੇ ਤੱਕ ਗਈ ਹੈ ਉਹਦੇ ਨਾਲ ਤੁਹਾਨੂੰ ਡਿਸਟੈਂਸ ਕ੍ਰੀਏਟ ਕਰਨਾ ਪੈਣਾਗਾ ਤਾਂ 25 ਦਾ ਫਾਲਸੋ ਕਿਉਂਕਿ ਆ ਇੱਕ ਆਉਟੋਸਟਰਾਡਾ ਦੀ ਹੈ ਪੈਨੈਲੋ ਨਾ ਕਿ ਕਿਸੇ ਡਿਸਟੈਂਸ ਦੀ ਸੋ ਵੱਧੇ ਅੱਗੇ ਇੰਦੀਗਾਉਂ ਚੈਂਟਰ ਦੀ ਦਿਸਟੈਂਸ ਆ 25 ਕਿਲੋਮੀਟਰ ਕਨ ਐਂਡਿਕੇਟ ਕਰਦਾ ਵੀ ਚੈਂਟਰ ਦੀ ਦਿਸਟੈਂਸ ਆ ਯਾਤ ਮਤਲਬ ਕਿ ਇੱਕ ਸਰਵਿਸ ਸਟੇਸ਼ਨ ਹੈ ਅੱਗੇ 25 ਕਿਲੋਮੀਟਰ ਤੇ ਫਾਲਸੋ ਇੰਦੀਗਾ ਕੇਲ ਪ੍ਰੋਸਿਮੋ ਜ਼ਵਿੰਕਲੋ ਆਉਟੋਸਟਰਾਡਾਲੇ ਸੇ ਤਰੋਵਾ ਆ 25 ਕਿਲੋਮੀਟਰ ਕਨ ਐਂਡਿਕੇਟ ਕਰਦਾ ਵੀ ਅਗਲਾ ਜ਼ਵਿੰਕਲੋ ਮਤਲਬ ਕਿ ਰੋਡ ਦੀ ਵੰਡ ਆਉਟੋਸਟਰਾਡਾ ਦੇ ਮਿਲੇ 50 ਕਿਲੋਮੀਟਰ ਅੱਗੇ ਫਾਲਸੋ ਇਹ ਦਵੀਨੀ ਦਸਤਾ ਪਦੇ ਅਗੇ ਲਿਮਿਟੇ ਮਿਨੀਮਲ ਦੀ ਵਿਲੋਚਿਤਾ ਕੇਸੀ ਕੌਂਸੀਲਿਆ ਦੇ ਨੌਨ ਸੁਪੇਰੇਰੇ ਤੇ ਨ ਲਿਮਿਟ ਘੱਟ ਤੋਂ ਘੱਟ ਸਪੀਡ ਦੀ ਜਿਦੀ ਰਾਹ ਦਿੱਤੀ ਗਈ ਹੈ ਨੌਨ ਸੁਪੇਰੇਰੇ ਜਿਹਦੇ ਉਪਾ ਵੱਧ ਨਹੀਂ ਜਾ ਸਕਦੇ ਫਾਲਸੋ ਸੋ ਇੱਕ ਨੰਬਰ ਹੈ ਉਹ ਤੋਂ ਸਿਰਫ ਨਾ ਕਿ ਕਿਸੇ ਸਪੀਡ ਨੂੰ ਇੰਡੀਕੇਟ ਕਰਦਾ ਪਦੇ ਅਗੇ 337 ਨੰਬਰ ਪੇਜ ਤੇ ਸਿਨੈਲ ਡੀ ਇਡੈਂਟੀਫਿਕਾਜ਼ੋਨੇ ਇਟੇਨੈਰਾਰੀਓ ਇੰਟਰਨੇਜ਼ੀਓਨਾਲੇ ਕੰਦਾ ਆਇਡੈਂਟੀਫਾਈ ਕਰਨਾ ਇਹ ਕਸਤੇ ਨੂੰ ਇੰਟਰਨੈਸ਼ਨਲ ਠੀਕ ਹੈ ਜਿਹੜਾ ਇੰਟਰਨੈਸ਼ਨਲ ਰਸਤਾ ਹੁੰਦਾ ਹੈ ਜਿਹੜਾ ਕਿ ਮੁਲਕਾਂ ਨੂੰ ਜੋੜਦਾ ਆਪਸ ਵਿੱਚ ਸੋ ਇਹਨੂੰ ਕਿਵੇਂ ਪਛਾਣਾਂਗੇ ਈ ਤੋਂ ਠੀਕ ਹੈ ਇਹਦੇ ਅਗੇ ਏ ਦੀ ਬਜਾਏ ਈ ਲਿਖਿਆ ਹੋਏਗਾ ਸੋ ਇਹ ਈ 55 ਹੈ ਬੱਧੇ ਆ ਪਹਿਲੇ ਸਵਾਲ ਵੱਲ ਇਸ ਸਿੰਨ ਵਾਲੇ ਦਾ ਫਿਗਰ ਆ ਤਾਂ ਇੰਡੀਕੇਟ ਨੇ ਰਾਰਿਓ ਦੀ estrada internazionale ਕਹਿੰਦੇ ਇੱਕ ਰੂਟ ਹੈ ਸੜਕ ਦਾ ਇੰਟਰਨੈਸ਼ਨਲ ਇੰਟਰਨੈਸ਼ਨਲ ਸੜਕ ਨੂੰ ਇੰਡੀਕੇਟ ਕਰਦਾ ਹੈ ਵੇਰੋ ਇੰਦੀ ਕਾ ਇਲ ਨੰਬਰੋ ਡੇਲਾ ਕਲਾਸੀਫਿਕਾਜ਼ਿਓਨੇ ਇੰਟਰਨਾਜ਼ਿਓਨਾਲੇ ਡੇਲਾ ਸਟਰਾ ਸੇਮੇ ਇਬ ਇੰਡੀਕੇਰਦਾ ਨੰਬਰ ਨੂੰ ਜਨਾ ਕਲਾਸੀਫਾਈ ਹੁੰਦਾ ਇੰਟਰਨੈਸ਼ਨਲ ਸੜਕ ਠੀਕ ਹੈ ਵੇਰੋ ਐਪੋਸਟੋ ਸੁਸਟਰਾਦੇ ਡੀ ਇਮਪੋਰਤਾਨਜ਼ਾ ਇੰਟਰਨਾਜ਼ਿਓਨਾਲੇ ਕਨ ਲੱਗਾ ਹੁੰਦਾ ਸੜਕ ਤੇ ਜੀਦੀ ਮਹੱਤਤਾ ਇੰਟਰਨੈਸ਼ਨਲ ਤੇ ਆ ਠੀਕ ਹੈ ਇੰਟਰਨੈਸ਼ਨਲ ਲੈਵਲ ਦੇ ਇੱਕ ਸੜਕ ਹੈ ਵੇਰੋ ਇੰਦੀ ਕਾ ਇਤਨੇ ਰਾਰਿਓ ਇੰਟਰਨੈਸ਼ਨਲ ਨੰਬਰੋ ਮੇ ਕਨ ਜੇ ਇੱਕ ਰੂਟ ਹੈ ਇੰਟਰਨੈਸ਼ਨਲ ਦਾ ਨੰਬਰ 55 ਹੈ ਮੇਰੋ ਸਿਪੋ ਤਰਵਾਰੀ ਅਲ ਇੰਟਰਨੋ ਦੀ ਉਨ ਸਿਗਨਾਲੇ ਦੀ ਪ੍ਰੀ ਅਵਿਜ਼ੋ ਦੀ ਬਿਵਿਓਸ ਤਰਦਾਲੇ ਕਹਾਂ ਨਹੀਂ ਮਿਲੇਗਾ ਅੰਦਰ ਇੱਕ ਸਿਨਿਆਲੇ ਦੇ ਜਿਹੜਾ ਕਿ ਪ੍ਰੀ ਅਵਿਜ਼ੋ ਆ ਬਿਵਿਓਸ ਤਰਦਾਲੇ ਦਾ ਬਿਵਿਓਸ ਤਰਦਾਲੇ ਮਤਲਬ ਕਿ ਜਿਹੜੀ ਸੜਕਾਂ ਇੱਕ ਦੂਸਰਨ ਕ੍ਰੋਸ ਕਰਦੀਆਂ ਨੇ ਜਿਵੇਂ ਕਿ ਚੌਰਾਹਾ ਉਥੇ ਬਿਵਿਓਸ ਤਰਦਾਲੇ ਵੀ ਆਪਾਂ ਨੂੰ ਕਹਿ ਸਕਦੇ ਆ ਜੰਕਸ਼ਨ ਉਹਨੂੰ ਵੀ ਆਪਾਂ ਬਿਵਿਓਸ ਤਰਦਾਲੇ ਕਹਿ ਸਕਦੇ ਆ ਸੋ ਕਹਿੰਦਾ ਸੋ ਕਹਿੰਦਾ ਜੀ ਸੂਚਨਾ ਜਿਹੜੀ ਦਿੰਦਾ ਸਿਨਿਆਲੇ ਉਹਦੇ ਅੰਦਰ ਵੀ ਆ ਲੱਗਾ ਹੋ ਸਕਦਾ ਸੋ ਇੱਥੇ ਵੀ ਸੇਮ ਹੀ ਕਹਿੰਦਾ ਪ ਕਿ ਇਹ ਜਿਹੜੀ ਪੈਨਲ ਹੋਏ ਜਿਹੜਾ ਇਹ ਲਿਖਿਆ ਹੋਇਆ ਅੱਖਰ ਹੈ ਇਹ ਤੁਹਾਨੂੰ ਦੂਸਰੀ ਪੈਨਲੋ ਦੇ ਵਿੱਚ ਵੀ ਲਿਖਿਆ ਹੋਇਆ ਮਿਲ ਸਕਦਾ ਹੈ ਅਲ ਇੰਟਰਨੋ ਦੀ ਹੁੰ ਸਿਗਨਾਲੇ ਵੀ ਦੂਸਰੀ ਪੈਨਲੋ ਦੇ ਵਿੱਚ ਵੀ ਤੁਹਾਨੂੰ ਲਿਖਿਆ ਹੋਇਆ ਮਿਲ ਸਕਦਾ ਜਿਹੜੇ ਰਸਤੇ ਨੇ ਨਵੇਂ ਤੁਸੀਂ ਸੱਜੇ ਮੋੜਨਾ ਖੱਬੇ ਮੋੜਨਾ ਕਿੱਦਾਂ ਜਾਣੀ ਕਿ ਡਾਇਰੈਕਸ਼ਨ ਉੱਥੇ ਤੁਹਾਨੂੰ ਹੈ ਅੰਦਰ ਲਿਖਿਆ ਹੋਇਆ ਮਿਲੇਗਾ ਅਲ ਇੰਟਰਨੋ ਠੀਕ ਹੈ ਜੀ ਫਿਰ ਆਇਡੈਂਟੀਫਿਕਾਰੇ ਸਟ੍ਰਾਡੇ ਐਕਸਟਰੋਰ ਵਾਨੇ ਐਕਸਟਰੋਰ ਵਾਨੇ ਸੜਕਾਂ ਨੂੰ ਕਹਿੰਦਾ ਇੰਡੀਕੇਟ ਕਰਦਾ ਫਿਰ ਨਹੀਂ ਜੀ ਆਇਡੈਂਟੀਫਾਈ ਕਰਦਾ ਇੱਕ ਸੜਕ ਜਿਹੜੀ ਕਿ ਇੰਟਰਨੈਸ਼ਨਲ ਹੁੰ ਫਾਲਸ ਹੋ ਗਿਆ ਬਦਿਆ ਕੇ ਇੰਦੀ ਗਾਲ ਉਸ਼ੀਤਾ ਆਉਟੋਸਟ੍ਰਾਡਾਲੇ ਨੰਬਰ 55 ਕੰਦਾ 55 ਨੰਬਰ ਦੀ ਆਉਟੋਸਟ੍ਰਾਡਾ ਦਾ ਐਗਜ਼ਿਟ ਹੈ ਫਾਲਸੋ ਇੰਦੀ ਗਾ ਕੇ ਮੰਗਰੋ 55 ਕਿਲੋਮੀਟਰ ਅਲ ਕਨਫਿਨੇ ਦੀ ਸਟਾਟੋ ਕਨ ਲੈਸਟਰੋ ਇੰਡੀਕੇਟ ਕਰਦਾ ਹੈ ਕਿ ਰਹਿ ਗਏ ਨੇ 55 ਕਿਲੋਮੀਟਰ ਬਾਰਡਰ ਤੇ ਸਟੇਟ ਨਾਲ ਕਨ ਲੈਸਟਰੋ ਮਤਲਬ ਕਿ ਬਾਹਰਲੀ ਕੰਟਰੀਆਂ ਨਾਲ ਠੀਕ ਹੈ ਲੈਸਟਰੋ ਮਤਲਬ ਕਿ ਬਾਹਰਲੀ ਕੰਟਰੀਆਂ ਜਿਵੇਂ ਕਿ ਆਪਣੇ ਫਰਾਂਸ ਜਰਮਨੀ ਇਹਨਾਂ ਦੀ ਗੱਲ ਨਹੀਂ ਵੀ ਉਹ ਵੀ ਕਿਸੇ ਸਟੇਟ ਦਾ ਬਾਰਡਰ ਜਿਹੜਾ ਹੋਏਗਾ ਉਹ ਲੱਗਾ ਹੋਏਗਾ ਆਪਣੇ ਬਾਹਰਲੇ ਕੰਟਰੀਆਂ ਦੇ ਬਾਰਡਰ ਨਾਲ ਠੀਕ ਹੈ ਨਾ ਇੰਡੀਕੇਟ ਕਰਦਾ ਕਿ ਰਹਿ ਗਏ ਨੇ 55 ਕਿਲੋਮੀਟਰ ਤੁਹਾਨੂੰ ਪਹੁੰਚਣ ਤੇ ਬਾਰਡਰ ਤੇ ਫਾਲਸੋ ਇੰਦੀਕਾ ਲਵੇਲੋਚਿਤਾ ਮੈਕਸੀਮਾ ਦਾ ਤਨੇਰੇ ਸੁਕੁਐਲਾ ਸਟਰਾਦਾ ਇੰਡੀਕੇਟ ਕਰਦਾ ਸਪੀਡ ਜਿਹੜੀ ਜਿਆਦਾ ਤੋਂ ਜਿਆਦਾ ਰੱਖਣੀ ਹੈ ਉਸ ਰੋਡ ਤੇ ਠੀਕ ਹੈ ਜੀ ਉਸ ਰੋਡ ਤੇ ਜਿਹੜੀ ਸਪੀਡ ਤੁਸੀਂ ਮੈਕਸਿਮਮ ਜਿਹੜੀ ਜਿਆਦਾ-ਜਿਆਦਾ ਰੱਖਣੀ ਹੈ 55 ਕਿਲੋ 55 ਲਿਖਿਆ ਸੋ ਕਹਿੰਦਾ 55 ਕਿਲੋਮੀਟਰ ਜਿਹੜੀ ਤੁਹਾਡੀ ਸਪੀਡ ਹੋਣੀ ਚਾਹੀਦੀ ਹੈ ਜਿਆਦਾ ਤੋਂ ਜਿਆਦਾ ਫਾਲਸੋ ਇੰਦੀਕਾ ਨੰਬਰੋ ਦਲ ਕੁਆਲਕਵਿਆ ਫਾਲਸੋ ਸਾਲ ਪਹਿਲਾ ਹੀ ਬਤਾ ਪਿਛ ਇੰਡੀਕੇਟ ਕਿ ਸਨੋ ਸਤਿ ਪਰਕੋਰਸੀ 55 ਕਿਲੋਮੀਟਰ ਦਲ ਪੁਨਤੋ ਦੀ ਓਰੀਜਿਨੇ ਦਲ ਆਉਟੋਸਟਰਾਦਾ ਸੋ ਇਠੀ ਕਹਿੰਦਾ ਜੀ ਇੰਡੀਕੇਟ ਕਰਦਾ ਹੈ ਕਿ ਸਨੋ ਸਤਾਤੀ ਪਰਕੋਰਸੀ ਵਿਆਪਾ ਤੈ ਕਰ ਚੁਕੇ ਆ ਸਨੋ ਸਤਾਤੀ ਪਰਕੋਰਸੀ ਵਿਆਪਾ ਰਸਤਾ ਤੈ ਕਰ ਚੁਕੇ ਆ 55 ਕਿਲੋਮੀਟਰ 55 ਕਿਲੋਮੀਟਰ ਦਲ ਪੁਨਤੋ ਪੋਸ ਪੁਆਇੰਟ ਤੋਂ ਦੀ ਓਰੀਜਿਨੇ ਦਲ ਆਉਟੋਸਟਰਾਦਾ ਮਤਲਬ ਕਿ ਓਰੀਜਿਨੇ ਕਿ ਹੁੰਦਾ ਜਿਹੜਾ ਸ਼ੁਰੂਆਤੀ ਪੁਆਇੰਟ ਹੁੰਦਾ ਜਦੋਂ ਇੱਕਦਮ ਸ਼ੁਰੂਆਤ ਜਿਹੜੀ ਹੋ ਜਾਂਦੀ ਠੀਕ ਹੈ ਕਹਿੰਦਾ ਸ਼ੁਰੂਆਤੀ ਪੁਆਇੰਟ ਤੋਂ ਆਪਾਂ ਆਉਟੋਸਟਰਾਡਾ ਦੇ 55 ਕਿਲੋਮੀਟਰ ਤੈਅ ਕਰ ਚੁੱਕੇ ਹਾਂ ਸੋ ਇੱਥੇ ਇਹ ਆਉਟੋਸਟਰਾਡਾ ਦੇ ਨੰਬਰ ਨੂੰ ਇੰਡੀਕੇਟ ਕਰਦਾ ਨਾ ਕਿ ਇਹ ਦੱਸਦਾ ਵੀ ਤੁਸੀਂ 55 ਕਿਲੋਮੀਟਰ ਤੁਰ ਆਏ ਹੋ ਸੋ ਇਹ ਫਾਲਸ ਹੋਇਆ ਪਰ ਇਹ ਸਵਾਲ ਸਹੀ ਨਿਕਲੇਗਾ ਅੱਗੇ ਜਿਹੜੀ ਆਪਾਂ ਮਨੈਲੋ ਕਰਾਂਗੇ ਉਹਦੇ ਵਿੱਚ ਇਹ ਸਹੀ ਵੀ ਨਿਕਲ ਸਕਦਾ ਠੀਕ ਹੈ ਧਿਆਨ ਰੱਖਿਓ ਗੱਲ ਦਾ ਸੋ 300 ਸੈਂਟੀ ਕੰਪਲੀਟ 338 ਤੇ ਆ ਗਿਆ ਹੁਣ ਇੱਥੇ ਆ ਗਿਆ 54 ਠੀਕ ਹੈ ਹੁਣ 54 ਦਾ ਕੀ ਮਤਲਬ ਹੈ ਚਰਨਜ ਤਾ ਮਤਲਬ ਵੀ ਤੁਸੀਂ ਜਿੱਥੋਂ ਦੀ ਆਉਟੋਸਟਰਾਦਾ ਸ਼ੁਰੂ ਹੋਈ ਸੀ ਉੱਥੋਂ ਦੀ ਤੁਸੀਂ ਇਹ 54 ਕਿਲੋਮੀਟਰ ਤੈਅ ਕਰ ਚੁੱਕੇ ਹੋ ਹਾਜੇ ਤੱਕ ਤੇ ਜਿਹੜਾ ਪਿਆਚੈਂਸਾ ਹੈ ਉਹ 4 ਕਿਲੋਮੀਟਰ ਰਹਿ ਗਿਆ ਹੋਰ ਅੱਗੇ ਠੀਕ ਹੈ ਮਤਲਬ ਕੋ 4 ਕਿਲੋਮੀਟਰ ਬਾਅਦ ਇੱਕ ਉਸ਼ੀਤਾ ਆਏਗਾ ਪਿਆਚੈਂਸਾ ਜਿਹੜਾ ਨਿਕਲਦਾ ਹੋਏਗਾ ਆਉਟੋਸਟਰਾਦਾ ਦਾ ਠੀਕ ਹੈ ਵੇਰ ਦੇ ਆ ਸੋ ਆਉਟੋਸਟਰਾਦਾ ਦੀ ਗੱਲ ਹੋਣੀ ਇੱਥੇ ਸਿਨੇ ਵਾਲੇ ਦੀ ਪ੍ਰੋਗਰੈਸਿਵ ਆ ਦੀ ਸਤਾਂਸੀਓਮੈਟ੍ਰਿਕਾ ਆਉਟੋਸਟਰਾਡਾ ਲੈ ਚਲੋ ਅਸੀਂ ਸ਼ੁਰੂਆਤ ਕਰਦੇ ਆ ਪਹਿਲੇ ਸਵਾਲ ਤੋਂ ਸਿਨੇ ਵਾਲੇ ਦਾ ਫਿਗੂਰਾ ਤੋਂ ਹਿੰਦਿਕਾ ਲਾ ਦਿਸਟਾਂਸ ਦੈ ਜਦੋਂ ਜ਼ਵਿੰਕਲੋ ਬਣੇਗਾ ਅੱਗੇ ਐਗਜ਼ਿਟ ਕਰਨ ਲਈ ਜਗਾ ਲਿਕੇ ਇੰਡੀਕੇਟ ਕੀਤੀ ਗਈ ਹੈ ਸੋ ਇੱਥੇ ਕਹਿੰਦੇ ਦੂਰੀ ਨੂੰ ਇੰਡੀਕੇਟ ਕੀਤਾ ਗਿਆ ਹੈ ਦੂਰੀ ਨੂੰ ਇੰਡੀਕੇਟ ਕੀਤਾ ਗਿਆ ਹੈ 4 ਕਿਲੋਮੀਟਰ ਦੂਰੀ ਨੂੰ ਇੰਡੀਕੇਟ ਕੀਤਾ ਗਿਆ ਜਿੱਥੇ ਆਏਗਾ ਜ਼ਵਿੰਕਲੋ ਐਗਜ਼ਿਟ ਕਰਨ ਲਈ ਜਿੱਥੇ ਰੋਡ ਦੀ ਵੰਡ ਹੋਏਗੀ ਐਗਜ਼ਿਟ ਕਰਨ ਲਈ ਮਤਲਬ ਕਿ ਪਾਚੈਂਸਾ 4 ਕਿਲੋਮੀਟਰ ਬਾਅਦ ਐਗਜ਼ਿਟ ਕਰੇਗਾ ਲੋਕ ਕਾਲੀਤਾ ਇੰਡੀਕਾਤਾ ਮਤਲਬ ਕਿ ਪਿਆਚੈਂਸਾ ਓਕੇ ਵੇਰੋ ਐਪੋਸਟੋ ਲungo 1 ਆਉਟੋਸਟਰਾਦਾ ਕਦਾਈ ਲੱਗਾ ਹੁੰਦਾ ਆਉਟੋਸਟਰਾਦਾ ਤੇ ਵੇਰੋ indi ca sinistra ladistansa progressiva e a destra quella del casello di uscita per piacenza quando indica karta khabbe passe distance nu duri nu progressiva jehdi ap taeh karde peh a jehdi duri te ap aa chuke ha progressiva jehdi jaldi paye da istra quella del casello di uscita per piacenza kenda sajje passe sajje passe matlab ke char quella del casello e ova jehdi casello exit lai piacenza janne lai ਉਕੇ ਜਿੱਥੇ ਕਹਿੰਦਾ ਪਿਆ ਵੀ ਖੱਬੇ ਪਾਸੇ ਦੂਰੀ ਨੂੰ ਆਪਣਾ ਦੱਸ ਹੈ ਗਿਆ ਵੀ ਕਿੰਨੀ ਦੂਰੀ ਆਪਾਂ ਤੈਅ ਕਰ ਚੁੱਕੇ ਹਾਂ ਠੀਕ ਹੈ ਖੱਬੇ ਪਾਸੇ ਆ ਲਿਖਿਆ 54 ਤੇ ਸੱਜੇ ਪਾਸੇ ਸੱਜੇ ਪਾਸੇ 4 ਲਿਖਿਆ ਸੱਜੇ ਪਾਸੇ ਕਹਿੰਦਾ ਵੀ ਕਜ਼ੇਲੋ ਵਾ ਇੱਕ ਐਗਜ਼ਿਟ ਕਰਨ ਲਈ ਪਿਆ ਚਿੰਸਾ ਨੂੰ ਠੀਕ ਹੈ ਵੀ ਐਗਜ਼ਿਟ ਤੇ ਆਪਾਂ ਨੂੰ ਹਮੇਸ਼ਾ ਕਜ਼ੇਲੋ ਮਿਲਦਾ ਇੱਕ ਟੋਲ ਪਲਾਜ਼ਾ ਹੈ ਜਿਹੜਾ ਐਗਜ਼ਿਟ ਕਰੇਗਾ ਪਿਆ ਚਿੰਸਾ ਨੂੰ ਵੇਰੋ ਨੈਲੇ ਪਾਰਤੇ ਸਿਨਿਸਟਰਾ ਇੰਡੀਕਾ ਲਾ ਦਿਸਟਾਂਸਾ ਪ੍ਰੋਗਰੈਸਿਵਾ ਡੈਲ ਊਗੋ ਦੀ ਓਰੀਜੀਨੇ ਡੈਲ ਔਟੋਸਟਰਾਦਾ ਸੋ ਇਥੇ ਵੀ ਅਗੇ ਜਿਹੜਾ ਆ ਇੰਡੀਕਾ ਲਾ ਡਿਸਟਾਂਸਾ ਇੰਡੀਕੇਟ ਕਰਦਾ ਹੈ ਦੂਰੀ ਨੂੰ ਪ੍ਰੋਗਰੈਸਿਵ ਆ ਜਿਹੜੀ ਆਪਾਂ ਕਰਨੇ ਪਿਆ ਤੈਅ ਕਰਨੇ ਪਿਆ ਦੈਲ ਵੋਗੋ ਦੀ origin ਹੈ ਵੀ ਉਸ ਜਗ੍ਹਾ ਤੋਂ ਜਿੱਥੋਂ ਸ਼ੁਰੂਆਤ ਹੋਈ ਹੈ ਆਟੋਸਟਰਾਦਾ ਦੀ ਠੀਕ ਹੈ ਜੀ ਵੇਰੋ ਇੰਡੀਕਾ ਕੇ ਮੰਕਰ 4 ਕਿਲੋਮੀਟਰ ਦੈਲ ਕਜ਼ੇਲੋ ਦੀ ਉਸ਼ੀਤਾ ਪਰ ਪਿਆਚੇਨ ਸਭ ਕਨੇ ਇੰਡੀਕੇਟ ਕਰਦਾ ਹੈ ਕਿ ਰਹਿ ਗਏ ਨੇ ਬਚ ਗਏ ਨੇ 4 ਕਿਲੋਮੀਟਰ ਦੈਲ ਕਜ਼ੇਲੋ ਵੀ ਟੋਲ ਪਲਾਜ਼ਾ ਤੋਂ ਜਿੱਥੇ ਐਗਜ਼ਿਟ ਹੋਏਗਾ ਪਿਆਚੇਨ ਸਾਨੂੰ ਵੇਰੋ ਫਾ ਪਾਰਟੇ ਦੇ ਸੈਨੀਆਲੀ ਇੰਡੀਕਾਜ਼ੋਨੇ ਕਹਿੰਦਾ ਜੇਖ ਹਿੱਸਾ ਹੈ ਸਿਨਿਆਲੀ ਦੀ ਇੰਡੀਕੇਸ਼ਨ ਦਾ ਇੰਡੀਕਾ ਕਿ ਮੰਕਲੋ 54 ਕਿਲੋਮੀਟਰ ਦੈਲੋਸ ਵਿਨਕਲੋ ਪੀ ਉਸ਼ੀਤਾ ਪਰ ਪਿਆਜੈਂਸਾ ਕਹਿੰਦਾ ਇੰਡੀਕੇਟ ਕਰਦਾ ਕਿ ਰਹਿ ਗਏ ਨੇ 54 ਕਿਲੋਮੀਟਰ ਇੱਕ ਵੰਡ ਤੋਂ ਰੋਡ ਦੀ ਜਿੱਥੇ ਕਿ ਐਗਜ਼ਿਟ ਹੋਏਗਾ ਪਿਆਜੈਂਸਾ ਲੋ ਫਾਲਸੋ ਕਿਉਂਕਿ ਇੱਥੇ ਉਹਨੇ ਕਿਹਾ ਵੀ 54 ਕਿਲੋਮੀਟਰ ਰਹਿ ਗਏ ਪਰ ਆਪਾਂ ਨੂੰ ਇੱਥੇ ਵੇਖਣਾ ਚਾਹੀਦਾ ਵੀ ਇੱਥੇ 4 ਕਿਲੋਮੀਟਰ ਰਹਿ ਗਏ ਨਾ ਕਿ 54 ਸੋ ਇਹ ਫਾਲਸ ਹੋ ਗਿਆ ਅੱਧੇ ਅੱਗੇ ਇੰਦੀ ਕੱਕੇ ਸੀ ਸਟਾ ਪਰਕੋਰੈਂਡੋ ਆਉਟੋਸਟਰਾਡਾ ਨੰਬਰ 54 ਨੇ ਇੰਡੀਕੇਟ ਕਰਦਾ ਕਿ ਤੁਸੀਂ ਜਾਣਦੇ ਹੋ ਉਹ ਤੋਂ strada ਦਾ ਨੰਬਰ 54 ਤੇ ਫਾਲਸੋ ਇਹ ਆਉਟੋਸਟਰਾ ਦਾ ਨੰਬਰ ਨਹੀਂ ਹੈਗਾ ਇਹ ਦੱਸਦਾ ਵੀ ਕਿੰਨੀ ਕੁਰੀ ਤੁਸੀਂ ਤੈਅ ਕਰ ਚੁੱਕੇ ਆਉਟੋਸਟਰਾ ਦਾ ਤੇ ਵੀ ਆਉਟੋਸਟਰਾ ਦਾ ਕਿੰਨੀ ਲੰਬੀ ਹੋ ਚੁੱਕੀ ਹੈ ਅਜੇ ਤੱਕ ਜਿੱਥੋਂ ਸ਼ੁਰੂ ਹੋਈ ਸੀ ਉਥੋਂ ਦੀ ਲੈ ਕੇ ਇਸ ਇਸ ਨਿਸ਼ਾਨ ਤੱਕ ਕਿੰਨੀ ਲੰਬੀ ਹੋ ਚੁੱਕੀ ਹੈ ਆਉਟੋਸਟਰਾ ਦਾ ਸੋ 54 ਕਿਲੋਮੀਟਰ ਲੰਬੀ ਹੋਈ ਹੈ ਨਾ ਕਿ 54 ਇਹਦਾ ਨੰਬਰ ਹੈ ਇੰਡੀਕਾ ਅਸਿਨੀਸਤਾ ਲਾ ਵੇਲੋਚਿਤਾ ਕੰਸੀਲੀਆਤਾ ਕਹਨੇ ਇੰਡੀਕੇਟ ਕਰਦਾ ਕਿ ਖੱਬੇ ਪਾਸੇ ਜਿਹੜੀ ਸਪੀਡ ਹੈ ਉਹਦੀ ਰਾਏ ਦਿੱਤੀ ਗਈ ਹੈ ਫਾਲਸੋ ਐਸਾ ਕੋਈ ਨਹੀਂ ਹੈਗਾ ਸਪੀਡ ਦੀ ਕੋਈ ਗੱਲ ਨਹੀਂ so uh, falso vadya ke indica che sono stati già ja, percorsi 4 km del pecenza kena indicate karda ke sono stati già percorsi bhi tusi rasta tay kar chukke ho 4 km pecenza ton falso pecenza da agge ja ke exit ana na ke apa pecenza ton duri tay kar chukke ha falso indi kal inizio de un centro abitato kena indicate karda ke shuru hoya ek riashi ilaka falso ਤੇ ਚਲੋ ਤੁਸੀਂ ਕੰਪਲੀਟ ਕਰਦੇ ਆਗੇ 349 ਨੰਬਰ ਪੇਜ ਤੇ ਸੇਨੀਅਲ ਦੀ ਇਤਨੇ ਰਾਰੀਓ ਐਕਸਟਰੋਰ ਬਾਨੋ ਰੂਟ ਐਕਸਟਰੋਰ ਬਾਨੇ ਦਾ ਠੀਕ ਹੈ 우ਸ਼ੀਤਾ ਸਭ ਕੁਝ ਦਿੱਤਾ ਹੈ ਇੱਥੇ ਵੀ ਕਿ ਲੱਗਦਾ ਸ਼ਾਇਦ ਆਪਾਂ ਜਾ ਕੇ ਮਿਲੇਗਾ ਤੇ ਨੀਚੇ ਦਿੱਤਾ 500 ਮੀਟਰ ਵੀ 500 ਮੀਟਰ ਅੱਗੇ ਜਾ ਕੇ ਆਪਾਂ ਨੂੰ ਐਲੇ 우ਸ਼ੀਤੇ ਮਿਲਣਗੇ ਠੀਕ ਹੈ ਸਾਰੇ ਐਕਸਟਰੋਰ ਬਾਨੇ ਦੇ ਵਦਦੇ ਆ ਪਹਿਲੇ ਸਵਾਲ ਵੱਲ ਹਿਲ ਸੇਨੀਅਲ ਰਿ ਫਿਗੁਰਾ ਤੋਂ ਸਿਤਰੋ ਵਾਸੂ ਲੈ ਕੇ ਐਕਸਟਰੋਰ ਬਾਨੇ ਪ੍ਰਿੰਸੀਪਾਲੇ ਕਿਹਨਾਂ ਜੀ ਮਿਲਦਾ ਹੈ ਸੜਕਾਂ ਤੇ ਜਿਹੜੀ ਕਿ ਐਕਸਟਰੋਰ ਬਾਨੇ ਹੁੰਦੀਆਂ ਨੇ ਪ੍ਰਿੰਸੀਪਾਲੇ ਵੇਰੋ ਉਨ ਇੱਥੇ ਪਰ ਇਹਨਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜੀ ਰੰਗ ਹੈ ਜਿਹੜਾ ਨੀਲਾ ਹੈ ਸਪੈਸ ਕਰਕੇ ਐਕਸਟਰਾ ਰਵਾਨੀ ਸੜਕਾਂ ਤੇ ਹੀ ਮਿਲੇਗਾ। ਸੋ ਅਵੇਅਰ ਹੋ ਗਿਆ। ਅੱਧੇ ਅੱਗੇ ਇੰਦੀ ਕਾ ਕੇ ਲੋ, ਜਵਿੰਕ ਲੋ, ਦਿਉਸ਼ੀਤਾ, ਫਰੋਸਿਨੋਨੇ ਐ ਮੀਟਰੀ। ਫਰੋਸਿਨੋਨੇ ਐ ਲਿਖਿਆ ਹੋਇਆ ਤੇ ਠੀਕ ਹੈ। ਉਸ਼ੀਤਾ ਫਰੋਸਿਨੋਨੇ ਤੇ ਇਹ ਹੁੰਦੇ ਨੇ ਅਗਲੇ। ਇਹ ਜਿਹੜਾ ਉਸ਼ੀਤਾ ਹੋਣਾ ਆਏਗਾ ਮੀਟਰ ਬਾਅਦ ਤੇ ਇਹ ਜਿਹੜੇ ਨੇ ਇਹ ਅੱਗੇ ਜਾ ਕੇ ਆਪਰ ਮਿਲਨੇ ਨੇ। ਮਤਲਬ ਕਿ ਅਗਲੇ ਐਗਜ਼ਿਟ ਜਿਹੜੇ ਹੋਣਗੇ ਉਹ ਐ ਹੋਣਗੇ ਠੀਕ ਹੈ। ਉਹ ਸਭ ਨਾਲ ਲਿਖੇ ਹੋਏ ਨੇ। ਸੋ ਅਵੇਅਰ ਹੋ ਗਿਆ। ਅੱਧੇ ਅੱ riporta i nomi delle località raggiungibile uscendo dalla strada extraurbana principale che hanno i nomi le giaga de jithe pohoch sakde ha nikalde hoye sada extraurbane principale to fero naam likhe hoye ne sare ithe so hai bir ho gaya badde ha ke indi ka ke kon lascritta su fondo marrone le località turistiche indicate karda kon lascritta jera likhya hoya fondo marrone vi marrone rang vich jera likhya hoya dekho marrone ch likhya hoya ਦੋ ਚੀਜ਼ਾਂ ਲਿਖੀਆਂ ਆ ਮਰ ਰੋਣੀ ਠੀਕ ਹੈ ਲੋ ਕਾਲੀਤਾ ਟੂਰਿਸਟੀਕਾ ਮਤਲਬ ਕਿ ਇੱਕ ਟੂਰਿਸਟ ਏਰੀਆ ਹੈ ਮੇਰੋ ਇੰਡੀਕਾ ਲਾ ਦਿਸਤਾਂਸਾ ਕੇ ਚੈਲ ਟ੍ਰਾਇਲ ਸਿਨਿਆਲੇ ਐ ਇਲ ਪ੍ਰੋਸੀਮੋ ਜਵਿੰਕਲੋ ਦੀ ਉਸ਼ੀਤਾ ਇੰਡੀਕੇਟ ਕਰਦਾ ਹੈ ਦੂਰੀ ਨੂੰ ਕੇ ਚੈ ਟ੍ਰਾਇਲ ਸਿਨਿਆਲੇ ਵੀ ਜਿਹੜੀ ਕਿ ਹੈਗੀ ਆ ਸਿਨਿਆਲੇ ਦੇ ਵਿੱਚ ਐ ਇਲ ਪ੍ਰੋਸੀਮੋ ਜਵਿੰਕਲੋ ਦੀ ਉਸ਼ੀਤਾ ਤੇ ਜਿਹੜਾ ਅਗਲਾ ਵੰਡ ਆਏਗੀ ਐਕਸਿਟ ਵਿੱਚ ਕਹਿੰਦੇ ਇੰਡੀਕੇਟ ਕਰਦਾ ਹੈ ਦਿਸਤਾਂਸਾ ਦਿਸਤਾਂਸਾ ਕਿੰਨਾ ਮੀਟਰ ਦਿਸਟੈਂਸ ਦਾ ਇੰਡੀਕੇਟ ਕਰਦਾ ਹੈ ਐਸ ਸੇ ਨਿਆਲੇ ਤੋਂ ਐਸ ਉਸ਼ੀਤੇ ਵਿੱਚ ਉਸ਼ੀਤਾ ਫਰੋਸੀਨੋਨੇ ਕਹਿੰਦਾ ਜੀ ਐਸ ਸੇ ਨਿਆਲੇ ਤੇ ਐਸ ਉਸ਼ੀਤੇ ਵਿੱਚ ਦੂਰੀ ਨੂੰ ਇੰਡੀਕੇਟ ਕਰਦਾ ਮੇਰੋ ਸਿਤਰੋਵਾ ਉਸ਼ੇਂਡੋ ਦਲ ਕਮੂਨੇ ਦੀ ਫਰੋਸੀਨੋਨੇ ਕਹਿੰਦਾ ਜੀ ਮਿਲੇਗਾ ਨਿਕਲਦੇ ਹੋਏ ਕਮੂਨੇ ਚੋਂ ਫਰੋਸੀਨੋਨੇ ਦੇ ਫਾਲਸੋ ਇੰਡੀਕਾ ਕੇ ਤਮੈਤਰੀ ਸਿਅਰੀਵਾ ਆ ਕਮੂਨੇ ਦੀ ਫਰੋਸੀਨੋਨੇ ਇਹ ਤੇ ਮੈਨੂੰ ਯਾਦ ਕਰਾਉਣਾ ਸਾਰੇ ਨੂੰ ਕਿ ਫਰੋਸੀਨੋਨੇ ਇੱਕ ਸ਼ਹਿਰ ਦਾ ਨਾਮ ਹੈ ਕਹਿੰਦਾ ਇੰਡੀਕੇਟ ਕਰਦਾ ਹੈ ਕਿ 500 ਮੀਟਰ ਬਾਅਦ ਸਿਅਰੀਵਾ ਆਏਗਾ ਕਮੂਨੇ ਫਰੋਸੀਨੋ ਨੇ ਦਾ ਫਾਲਸੋ ਇੰਡੀਕਾ ਕਿ ਟੁੱਟੇਲੇ ਲੋਕਲਿਤਾ ਰਿਪੋਰਟਾਤੇ nel cartello sono destinati metri indicare karta ke sariyan jagavan jide ke dikhaiyan giyan ne cartello vich matlab ke ide vich sono distanti metri matlab ke dur ne 500 meter falso a dur sirf prosinone ya baki jide niche likhe ne eh agge aane ne matlab ke agge inada exit aayega prosinone 500 meter dur a ਅਰ ਬਾਕੀ ਸਾਰੇ ਅਜੇ ਅੱਗੇ ਆਣੇ ਨੇ ਸੋ ਇਫ ਆਲਸੋ ਗਿਆ ਇੰਦੀ ਕਾਕੇ ਲਸਟਰਾਦਾ ਨੋਨ ਐ ਪਿਊ ਪਰਕੋਰੀਬਿਲੇ ਐ ਕਿ ਉਲਟੀਮਾ ਉਸ਼ੀਤਾ ਕੁਇਲਾ ਦੀ ਫਰੇਸਿਨੋਨੇ ਇਹਨੇ ਇੰਡੀਕੇਟ ਕਰਦਾ ਸੜਕ ਨੂੰ ਜਿਹਦੇ ਤੇ ਆਪਾਂ ਚੱਲ ਨਹੀਂ ਸਕਦੇ ਨੋਨ ਐ ਪਿਊ ਪਰਕੋਰੀਬਿਲੇ ਮਤਲਬ ਕਿ ਆਪਣੇ ਚੱਲਣ ਯੋਗ ਨਹੀਂ ਹੈਗੀ ਕਿ ਲੁਲਟੀਮਾ ਉਸ਼ੀਤਾ ਤੇ ਆਖਰੀ ਐਗਜ਼ਿਟ ਐ ਕੁਇਲਾ ਦੀ ਫਰੇਸਿਨੋਨੇ ਕਹਿੰਦਾ ਜੀ ਫਰੇਸਿਨੋਨੇ ਦਾ ਆਖਰੀ ਐਗਜ਼ਿਟ ਹੈ ਇਸ ਤੋਂ ਬਾਅਦ ਕੋਈ ਐਗਜ਼ਿਟ ਨਹੀਂ ਆਣਾ ਤੇ ਇੱਥੇ ਆ ਕੇ ਇਹ ਸੜਕ ਖਤਮ ਹੋ ਜਾਂਦੀ ਤੇ ਇਸ ਕਰਕੇ ਚੱਲਣ ਯੋਗ ਨਹੀਂ ਹੈਗੀ ਫਾਲਸੋ ਇਦਾਂ ਨਹੀਂ ਆਗਾ Indica l'inizio di un centro abitato. False, ma te anche 340 number page. Si naride inizio centro abitato. Shuru hoya ek riashi ilaka. Tranto likha te chitti pannelo ve puri. So kenda e Tranto jada shehar e aitu shuru ho chukeya. Badde pehla sawal wal. Il scenario figura to indica l'inizio di un centro abitato. Shuru hoya ek centro abitato riashi ilaka. Vero. Identify kala locality tar junta. Ende ji identify karda hai. ਇੱਕ ਜਗ੍ਹਾ ਜਿਹੜੀ ਜਿੱਥੇ ਆਪ ਪਹੁੰਚ ਚੁੱਕੇ ਹਾਂ ਬੇਰੋ ਬਦਿਆਂ ਅੱਗੇ ਤੇ ਪੋਸਟੋ ਦਲ ਇਨੀਜ਼ੀਓ ਦਲ ਚੈਂਟਰੋ ਅਬਿਟਾਟੋ ਸੁ ਤੁੱਟੇਲੇ ਸਟ੍ਰਾਡੇ ਦੀ ਇੰਗਰੈਸੋ ਅਲਾ ਲੋਕਾਲਿਤਾ ਇੰਡਿਕਾਤਾ ਕਹਿੰਦੇ ਲੱਗਾ ਹੁੰਦਾ ਸ਼ੁਰੂਆਤ ਚ ਇੱਕ ਰਿਹੈਸ਼ੀ ਇਲਾਕੇ ਚ ਸੂ ਤੁੱਤੇ ਜਿੱਥੇ ਕੇ ਸਾਰੇ ਸੜਕਾਂ ਐਂਟਰੀ ਤੇ ਲੱਗਾ ਹੁੰਦਾ ਲੋਕਾਲਿਤਾ ਇੰਡਿਕਾਤਾ ਜਿਹੜੀ ਜਗ੍ਹਾ ਦੱਸੀ ਗਈ ਹੈ ਕਹਿੰਦਾ ਦੀ ਵੀ ਇਹ ਲੱਗਾ ਹੋਏਗਾ ਸ਼ੁਰੂਆਤ ਚ ਇੱਕ ਚੈਂਟਰੋ ਬਿਟਾਟੋ ਦੇ ਤੇ ਜਿੱਥੇ ਹਰ ਇੱਕ ਐਗ ਸੜਕ ਤੇ ਜਿਹੜੀ ਸੜਕ ਵੱਢਦੀ ਹੋਏਗੀ ਅੰਦਰ ਨੂੰ ਸੜਕ ਤੇ ਜਿਹੜੀ ਕਿ ਐਂਟਰੀ ਕਰਦੀ ਹੋਏਗੀ ਲੋਕਾਲਿਤਾ ਇੰਡੀਕਾਤਾ ਮਤਲਬ ਕਿ ਇਸ ਜਗ੍ਹਾ ਤੇ ਜਿਹੜੀ ਵੀ ਜਗ੍ਹਾ ਜਿਹੜੀ ਵੀ ਸੜਕ ਐਸ ਰੋਡ ਨੂੰ ਜਾਂਦੀ ਹੋਏਗੀ ਉਹ ਹਰ ਇੱਕ ਰਸਤੇ ਤੇ ਇਹ ਲੱਗਾ ਹੋਏਗਾ ਮਤਲਬ ਕਿ ਤਰੰਤੋ ਨੂੰ ਜਿੰਨੀ ਵੀ ਸੜਕਾਂ ਜਾਣਦੀਆਂ ਨੇ ਜਿਹੜੀ ਵੀ ਸੜਕ ਤਰੰਤੋ ਦੇ ਅੰਦਰ ਐਂਟਰ ਕਰਦੀ ਹੋਏਗੀ ਉਹਦੇ ਹਰ ਇੱਕ ਸੜਕ ਉੱਤੇ ਤਰੰਤੋ ਇਦਾਂ ਕਰਕੇ ਪੈਰਲੋ ਲੱਗੀ ਹੋਏਗੀ ਵੇਰੋ ਸੇਬਾਰਾਟੋ ਆਉਨਾ ਸਟ੍ਰੀਸ਼ਾ ਰੋਸਾ ਇੰਡੀਕਾ ਲਾਫੀਨੇ ਦਲ ਚੈਂਟਰੋ ਵਿਟਾਟੋ ਕਿਨਾਂ ਜੇਕਰ ਇਹਦੇ ਤੇ ਬਾਰ ਲੱਗਾ ਹੋਏਗਾ ਸਟ੍ਰੀਸ਼ਾ ਇੱਕ ਲਾਈਨ ਲਾਲ ਰੰ इंडिकेट ਕਰ ਦੀਗੇ ਖਤਮ ਹੋਇਆ ਹੈ ਫੀ ਨੇ ਖਤਮ ਹੋਇਆ ਇੱਕ ਚੈਂਥਰੋ ਬਿਤਾ ਤੋ ਜੇਕਰ ਇੱਥੇ ਐਸ ਤੇ ਲਾਲ ਲਾਈਨ ਲੱਗੀ ਹੋਈ ਕਿਦਾਂ ਕਰਕੇ ਠੀਕ ਹੈ ਤੇਰਸੀ ਲਾਈਨ ਲੱਗੀ ਹੋਈ ਮਤਲਬ ਕਿ ਇਹ ਇਸ਼ਾਰਾ ਇੱਥੇ ਖਤਮ ਹੋ ਗਿਆ ਹੈ ਵੇਰੋ ਇੰਦਿਕਾਨਾਤ ਲੋਕਲਿਤਾ ਟੂਰਿਸਟੀਕਾ ਕਹਿੰਦੇ ਜੇ ਟੂਰਿਸਟ ਏਰੀਆ ਹੈ ਫਾਲਸੋ ਟੂਰਿਸਟ ਏਰੀਆ ਮਰੋਨੇ ਰੱਖਦਾ ਹੁੰਦਾ ਨਾ ਕਿ ਚਿੱਟਲੇ ਦਾ ਐਪੋਸਟੋ ਪਰ ਇੰਦਿਕਾਰ ਐ ਲਾ ਫਿਨੇ ਦੀ UNA ਪ੍ਰੋਵਿੰਸਿਆ ਕਹਨ ਲੱਗਾ ਹੋਏਗਾ ਇੰਡੀਕੇਟ ਕਰਨ ਲਈ ਖਤਮ ਜਿੱਥੇ ਹੁੰਦਾ ਇੱਕ ਜ਼ਿਲ੍ਹਾ ਇੱਕ ਪ੍ਰੋਵਿੰਸਾ ਫਾਲਸੋ ਬਦਦੇ ਅਗੇ ਇੰਦੀ ਕਾਲਾ ਦਿਸਿਓ ਨੇ ਦਾ ਸਗਵੀਰੇ ਪਰ ਜੁੰਜਰੇ ਤਰੰਤੋ ਕਹਿੰਦੇ ਇੰਡੀਕੇਟ ਕਰਦਾ ਇੱਕ ਡਾਇਰੈਕਸ਼ਨ ਨੂੰ ਜਿਹਨੂੰ ਕਿ ਫੋਲੋ ਕਰਨਾ ਪੈਣਾ ਜਿਹਨੂੰ ਸਗਵੀਰੇ ਕਰਨਾ ਪੈਣਾ ਜਿਹਦੇ ਪਿੱਛੇ ਪਿੱਛੇ ਆਪਾਂ ਜਾਣਾ ਪੈਣਾ ਪਹੁੰਚਣ ਲਈ ਤਰੰਤੋ ਫਾਲਸੋ ਐਂਟਰੀ ਤੇ ਲੱਗਾ ਹੁੰਦਾ ਪਹੁੰਚਣ ਤੇ ਲੱਗਾ ਹੁੰਦਾ ਤਰੰਤੋ ਨਾ ਕਿ ਕਿ ਪਹੁੰਚਣ ਤੋਂ ਪਹਿਲਾਂ ਆਇਡੈਂਟੀਫਿਕਾ ਉਹਨਾਂ ਵਿਆ ਦੋਤੋ ਕਹਿੰਦੇ ਆਇਡੈਂਟੀਫਾਈ ਕਰਦਾ ਇੱਕ ਪੁੱਲ ਨੂੰ ਫਾਲਸੋ ਆਪਣਾ 340 ਕੰਪਲੀਟ ਵੱਧਿਆ ਅੱਗੇ ਸੋ ਜੀ ਵੱਧਿਆ ਅੱਗੇ 340 ਕੰਪਲੀਟ 341 ਤੇ ਵੱਧਿਆ ਸੇਨੇ ਵਾਲੀ ਦੀ ਫੀਨੇ ਚੈਂਤਰੋ ਬਿਤਾਤੋ ਕਨੇ ਸਾਈਨ ਦੇ ਨਾਲ ਖਤਮ ਹੋਇਆ ਇੱਕ ਚੈਂਟਰੋਬਿਟਾਤੋ ਇਥੇ ਹੁੰਦੇ ਸਦਲ ਲਾਲਸ ਤ੍ਰਿਚੈਂਟਰ ਤੇ ਲੱਗ ਚੁੱਕਿਆ ਹੈ ਇਹਦਾ ਮਤਲਬ ਕਿ ਜਿਹੜਾ ਇਹ ਸ਼ਹਿਰ ਸੀ ਜਿਹੜਾ ਇਹ ਖਤਮ ਹੋ ਗਿਆ ਮੋਂਟੇਕੁਮਪਾਰਟੀ ਇਹ ਖਤਮ ਹੋ ਚੁੱਕਿਆ ਸੋ ਵੱਧਿਆ ਪਹਿਲੇ ਸਵਾਲ ਵੱਲ ਤੇ ਨੀਚੇ ਜਿਹੜਾ ਦਿੱਤਾ ਹੈ ਜਿਹੜੇ ਅਗਲੇ ਸ਼ਹਿਰ ਆਉਣੇ ਨੇ ਉਹਨਾਂ ਦੀ ਡਾਇਰੈਕਸ਼ਨਾਂ ਦਿੱਤੀਆਂ ਹੋਈਆਂ ਨੇ ਮਤਲਬ ਜੇਕਰ ਐਸੀ ਰੋਡ ਤੁਸੀਂ ਕੰਟੀਨਿਊ ਕਰੋਗੇ ਤੁਸੀਂ ਤੁਹਾਨੂੰ ਅੱਗੇ 7 ਕਿਲੋਮੀਟਰ ਬਾਅਦ ਤੁਹਾਨੂੰ ਇਹ ਸ਼ਹਿਰ ਮਿਲੇਗਾ 38 ਕਿਲੋਮੀਟਰ ਬਾਅਦ ਤੁਹਾਨੂੰ ਇਹ ਮਿਲੇਗਾ ਤੇ ਨਾਪੋਲੀ 190 ਕਿਲੋਮੀਟਰ ਬਾਅਦ ਤੁਹਾਨੂੰ ਮਿਲੇਗਾ ਸੋ ਵੱਧਿਆ ਹੁਣ ਪਹਿ ਖਤਮ ਹੋਇਆ ਇੱਕ ਰਿਹਾਇਸ਼ੀ ਇਲਾਕਾ ਮੇਰੋ ਨੈਲਾ ਪ੍ਰੀਮਾ ਰੀਗਾ ਇਨ ਆਲਟੋ ਦਲ ਪਨੇਲੋ ਬਲੂ ਇੰਡੀਕਾ ਇਲ ਪ੍ਰੋਸੀਮੋ ਸੈਂਟਰੋ ਬਿਤਾਤੋ ਪਹਿਲੀ ਲਾਈਨ ਵਿੱਚ ਉੱਤੇ ਪਨੇਲੋ ਵਿੱਚ ਬਲੂ ਰੰਗ ਦੀ ਇੰਡੀਕੇਟ ਕਰਦੀ ਹੈ ਪ੍ਰੋਸੀਮੋ ਅਗਲੀ ਸੈਂਟਰੋ ਬਿਤਾਤੋ ਠੀਕ ਹੈ ਪਹਿਲੀ ਲਾਈਨ ਨੀਲੇ ਰੰਗ ਵਿੱਚ ਠੀਕ ਹੈ ਇੰਡੀਕੇਟ ਕਰਦੀ ਹੈ ਪ੍ਰੋਸੀਮੋ ਸੈਂਟਰੋ ਬਿਤਾਤੋ ਮਤਲਬ ਜਿਹੜੀ ਅਗਲੀ ਸ਼ਹਿਰੀ ਇਲਾਕਾ ਆਣਾ ਜਿਹੜਾ ਅਗਲੀ ਸ਼ਹਿਰੀ ਇਲਾਕਾ ਆਣਾ ਉਹ ਕਦੋਂ ਹੈ 7 ਕਿਲੋਮੀਟਰ ਬਾਅਦ ਠੀਕ ਹੈ ਜੀ ਵੇਰੋ ਇੰਡੀਕੇ ਲਾਫੀ ਨੇ ਦਲ ਚੈਂਟਰੋ ਵਿਟਾਟੋ ਐਲੇ ਲੋਕਲਿਤਾ ਸੁਕੈਸਿਵੇ ਇੰਡੀਕੇਟ ਕਰਦਾ ਹੈ ਖਤਮ ਹੋਣ ਤੇ ਇੱਕ ਚੈਂਟਰੋ ਵਿਟਾਟੋ ਨੂੰ ਤੇ ਲੋਕਲਿਤਾ ਸੁਕੈਸਿਵੇ ਮਤਲਬ ਜਿਹੜੇ ਅਗਲੇ ਸ਼ਹਿਰ ਆਉਣੇ ਨੇ ਅਗਲੇ ਸ਼ਹਿਰਾਂ ਵਾਲੇ ਨੀਚੇ ਸ਼ੋਅ ਕਰਦਾ ਹੈ ਤੇ ਉੱਤੇ ਉਸ ਦਾ ਬਹਿ ਕੇ ਖਤਮ ਹੋ ਗਿਆ ਸ਼ਹਿਰੀ ਇਲਾਕਾ ਵੇਰੋ ਦਲ ਪਨੈਲੋ ਬਲੂ ਇੰਡੀਕਾ ਪਰ ਓਨੀ ਲੋਕਲਿਤਾ ਲਿਸਪੈਕਟਿਵਾ ਦਿਸਟਾਨਸਾ ਕਿਲੋਮੀਟ੍ਰਿਕਾ ਕਹਿੰਦਾ ਜੀ ਪਨੈਲੋ ਬਲੂ ਤੇ ਇੰਡੀਕੇਟ ਕਰਦਾ ਓਨੀ ਹਰ ਇੱਕ ਲੋਕਲਿਤਾ ਹਰ ਇੱਕ ਜਗ੍ਹਾ ਜਿਹਦੇ ਸੰਬੰਧਿਤ ਜਿਤਨਾ ਰਿਲੇਟਡ ਦੂਰੀ ਕਿਲੋਮੀਟਰ ਚ ਲਿਖੀ ਹੋਈ ਹੈ ਠੀਕ ਹੈ ਇਹ ਲਿਖੀ ਹੋਈ ਹੈ ਦੇ ਸੰਬੰਧਤ ਕਿਲੋਮੀਟਰ ਚ ਦੂਰੀ ਸੋ ਐਵੇਰ ਹੋ ਗਿਆ ਇੰਡੀਕੇਟ ਕਰਕੇ ਪੈਰ ਨਾਪोली ਮੰਨ ਕਰੋ 190 ਕਿਲੋਮੀਟਰ ਇੰਡੀਕੇਟ ਕਰਦਾ ਕਿ ਨਾਪोली ਯਾਵਲ ਦੇ ਰਹਿ ਗਏ ਨੇ 190 ਕਿਲੋਮੀਟਰ 190 ਕਿਲੋਮੀਟਰ ਠੀਕ ਹੈ ਜੀ ਵੇਰੋ ਬੱਤੇ ਅੱਗੇ ਇੰਡੀਕੇਟ ਕਰਕੇ ਪੈਰ ਐਸਕਾਸੇਰੋ ਮੰਨ ਕਰੋ 7 ਕਿਲੋਮੀਟਰ ਕਿੰਨੇ ਜੀ ਇਹ ਸ਼ਹਿਰ ਨੂੰ ਪਹੁੰਚਣ ਲਈ ਰਹਿ ਗਏ ਨੇ 7 ਕਿਲੋਮੀਟਰ ਦੇਖ ਲਓ 7 ਕਿਲੋਮੀਟਰ ਵੇਰੋਂ ਇੰਦੀ ਕਾਰੀ ਨੀਟਸ ਯੂ ਜੁੰ ਤਰਾਟੋ ਦੀ ਸਟਰਾਡਾ ਇਨ ਸਾਲੀਤਾ ਪਰ ਰਾਜੁੰਜੇਰੇ ਮੋਂਟੇ ਕੰਪਾਰਤੀ ਇੰਡੀਕੇਟ ਕਰਦਾ ਹੈ ਸ਼ੁਰੂਆਤ ਇੱਕ ਹਿੱਸੇ ਦੀ ਸੜਕ ਤੇ ਜਿਹੜੀ ਕਿ ਚੜਾਈ ਵਾਲੀ ਹੋਏਗੀ ਪਹੁੰਚਣ ਲਈ ਮੋਂਟੇ ਕੰਪਾਰਤੀ ਉਨੇ ਤੇ ਲਾਲ ਲਾਈਨ ਦਿੱਤੀ ਹੋਈ ਇਸ ਕਰਕੇ ਕਹਿੰਦਾ ਚੜਾਈ ਵਾਲੀ ਜਗ੍ਹਾ ਹੈ ਮਤਲਬ ਕੁਝ ਵੀ ਆਪਣੇ ਵੱਲ ਸਵਾਲ ਬਣਾ ਦਿੰਦੇ ਨੇ ਸੋ ਇਹ ਫਾਸੋ ਹੋ ਗਿਆ ਇੱਥੇ ਅਸੀਂ ਕਹਾਂਗੇ ਕਿ ਮੋਂਟੇ ਕੰਪਾਰਤੀ ਖਤਮ ਹੋਇਆ ਬੱਧਿਆਂ ਅੱਗੇ ਇੰਦੀ ਕਾ ਕਿ ਇਹਨੋ ਨੇ ਪੋਸੀਬਿਲੇ ਰਾਜੁੰਜੇਰੇ ਮੋਂਟੇ ਕੰਪਾਰਤੀ इंडिकेट ਕਰਦਾ ਕਿ ਨਹੀਂ ਪੋਸੀਬਲ ਹੈਗਾ ਉਹਨੋਂ ਹੈ ਪੋਸੀਬਲ ਇਹ ਵੀ ਪੋਸੀਬਲ ਨਹੀਂ ਹੈਗਾ ਪਹੁੰਚਣਾ ਮਤੇਕਮ ਪਤਰੀ ਫਾਲਸੋ indica che per raggiungere Napoli bisogna percorrere la strada statale numero 190 ਕਿੰਨੇ ਜੀ ਇੰਡੀਕੇਟ ਕਰਦਾ ਪੁੰਚਣ ਲਈ ਨਾਪोली ਲੋੜੇ ਜਾਣਾ ਪੈਣਾ ਆਪਾਂ ਨੂੰ ਤਰ੍ਹਾਂ ਦਾ ਸਤਾਲ ਤੇ ਜਿਹਦਾ ਨੰਬਰ 190 ਆ ਫਾਲਸੋ ਇੱਥੇ ਕੋਈ ਵੀ ਨੰਬਰ ਸੜਕ ਦਾ ਨਹੀਂ ਸ਼ੋਅ ਕਰਦਾ ਤੇ ਕਿਲੋਮੀਟਰ ਸ਼ੋਅ ਕਰਦਾ ਹੈ ਠੀਕ ਹੈ ਇਸ ਕਰਕੇ ਫਾਲਸ ਹੋ ਜਾਂਦਾ ਇੰਦੀ ਕਾਉਨਸ ਤਰ੍ਹਾਂ ਦਾ ਕਿਊਜ਼ਾ ਅਲ ਟ੍ਰੈਫਿਕੋ ਇੰਡੀਕੇਟ ਕਰਦਾ ਇੱਕ ਸੜਕ ਜਿਹੜੀ ਕਿ ਬੰਦ ਹੈ ਟ੍ਰੈਫਿਕ ਕਰਕੇ ਫਾਲਸੋ ਸਿਤਰੋ ਵਾਸੂ ਤਰ੍ਹਾਂ ਦੇ ਅਕਸਰੋ ਬਾਨੇ ਪ੍ਰਿੰਸੀਪਲ ਹੈ ਫਾਲਸੋ ਪਰ ਪਿੰਡਾਂ ਵਿੱਚ ਮਿਲਦੀ ਹੈ ਇੰਦੀ ਕਲ ਇਨੀਸ਼ੀਓ ਦਲ ਚੈਂਟਰੋ ਬਿਦਾਤੋ ਕਹਿੰਦਾ ਸ਼ੁਰੂ ਹੋਇਆ ਇੱਕ ਚੈਂਟਰੋ ਬਿਦਾਤੋ ਫਾਲਸੋ ਇੱਥੇ ਖਤਮ ਹੋਇਆ ਨਾ ਕਿ ਸ਼ੁਰੂ ਹੋਇਆ ਵੱਧਦੇ ਅੱਗੇ 342 ਨੰਬਰ ਪੇਜ ਸੇਨੇ ਵਾਲੇ ਦੀ ਕਨਫਰਮਾ ਆਫ ਤੋਸਰਾ ਦਾਲੇ ਕਨਫਰਮ ਕਰਦਾ ਹੈ ਵੀ ਆਉਟੋਸਟ੍ਰਾਡਾ ਸ਼ੁਰੂ ਹੋ ਗਈ ਹੈ ਸੋ ਇਥੇ ਤੁਸੀਂ ਦੇਖ ਸਕਦੇ ਜੀ ਵੀਰ ਦੇ ਰੰਗ ਦੀ ਹੋ ਚੁੱਕੀ ਹੈ ਸਾਰੀ ਪੈਨੈਲੋ ਮਤਲਬ ਕਿ ਆਪਾਂ ਆਉਟੋਸਟ੍ਰਾਡਾ ਉੱਤੇ ਚੜ ਚੁੱਕੇ ਹਾਂ ਸੋ ਕਹਿੰਦਾ ਕਨਫਰਮ ਆਉਟੋਸਟ੍ਰਾਡਾ ਵੀ ਕਨਫਰਮ ਕਰਦਾ ਵੀ ਆਉਟੋਸਟ੍ਰਾਡਾ ਤੁਸੀਂ ਚੜ ਚੁੱਕੇ ਹੋ ਵੇਰੋਂ ਵਧਿਆਂਗੇ ਦੇ ਪੋਰਤਲੇ ਲੋ ਕਾਲੀ ਤਾਂ ਕੌਣ ਲੈ ਰਿਲੇਟਿਵ ਡਿਸਟਾਂਸ ਇਨ ਕਿਲੋਮੀਟਰੀ ਕਹਿੰਦੇ ਦੱਸਦਾ ਹੈ ਜਗ੍ਹਾ ਦੇ ਸੰਬੰਧਤ ਦੂਰੀ ਕਿਲੋਮੀਟਰ ਚ ਦੇਖੋ ਜਗ੍ਹਾ ਦਿੱਤੀ ਹੈ ਨਾਲ ਦੀ ਸੰਬੰਧਤ ਕਿਲੋਮੀਟਰ ਜਿਹੜੀ ਦਿੱਤੀ ਹੈ ਵੀ ਕਿਨੇ ਦੂਰ ਰਹਿ ਗਏ ਆ ਆਪਾਂ ਕਿਲੋਮੀਟਰ ਵਿੱਚ ਵੇਰ ਸੇ ਦੀ ਕੋਲੋਰੇ ਬਲੂ ਸਿ ਤਰੋਵਾ ਸੋ ਸਟਰਾ ਡੈਕਸਟਰੋਬਾਨੇ ਜੇਕਰ ਕੈਂਡਾ ਰੰਗ ਇਹਦਾ ਨੀਲਾ ਹੋਏਗਾ ਮਿਲੇਗੀ ਆਪਾਂ ਨੂੰ ਸੜਕਾਂ ਐਕਸਟਰੋਬਾਨੇ ਤੇ ਜੇਕਰ ਸਾਰਾ ਰੰਗ ਨੀਲਾ ਹੋਏਗਾ ਤੇ ਆਪਾਂ ਨੂੰ ਐਕਸਟਰੋਬਾਨੇ ਸੜਕਾਂ ਤੇ ਮਿਲੇਗੀ ਵੇਰੋ ਐ ਪੋਸਟੋ ਸੂਨ ਆਉਟੋਸਟਰਾਦਾ ਲੱਗਾ ਹੁੰਦਾ ਇੱਕ ਆਉਟੋਸਟਰਾਦਾ ਤੇ ਵੇਰੋ ਬੱਦੇ ਅੱਗੇ ਇੰਦੀ ਕਾ ਕੇ ਮੰਕ ਨੂੰ 180 ਕਿਲੋਮੀਟਰ ਪਰ ਫੀਰੈਂਜ਼ੇ ਕੰਦਾ ਇੰਡੀਕੇਟ ਕਰਦਾ ਕਿ ਰਹਿੰਦੇ ਨੇ 180 ਕਿਲੋਮੀਟਰ ਫੀਰੈਂਜ਼ੇ ਪਹੁੰਚਣ ਨੂੰ ਦੇਖ ਲਓ ਫੀਰੈਂਜ਼ੇ 180 ਕਿਲੋਮੀਟਰ ਮੇਰੋ indica il nautostrada la distanza delle località raggiungibile indica karta hai autostrada duri jaga di jithe pahunch sakde hai indica karta jadi jaga jithe ava pahunch sakde hai theek hai ji vero indica che uscendo dal primo casello autostradale è possibile raggiungere tutte le località indicate indica karta hai ki nikalde hoye pehle casello autostrada vichon ਪੋਸੀਬਲ ਹੈ ਪਹੁੰਚਣਾ ਹਰ ਇੱਕ ਜਗ੍ਹਾ ਤੇ ਜਿਹੜੀ ਕਿ ਇੰਡੀਕੇਟ ਕੀਤੀ ਗਈ ਹੈ ਕਿਉਂਕਿ ਇੱਥੇ ਕਿਸੇ ਵੀ ਤਰ੍ਹਾਂ ਤੋਂ ਉਸ਼ੀਤਾ ਨਹੀਂ ਲਿਖਿਆ ਹੈਗਾ ਜੇਕਰ ਉਸ਼ੀਤਾ ਲਿਖਿਆ ਹੁੰਦਾ ਤਾਂ ਆਪਾਂ ਗੱਲ ਕਰ ਸਕਦੇ ਸੀ ਵੀ ਹਾਂ ਇੱਥੇ ਆਪਾਂ ਪਹੁੰਚ ਸਕਦੇ ਹਾਂ ਕਿਸੇ ਜਗ੍ਹਾ ਤੇ ਪਰ ਇੱਥੇ ਨੇ ਇਹ ਵੀ ਲਿਖਤਾ ਵੀ ਤੁੱਤੇ ਲੈ ਲੋ ਕਾਰੀ ਤਾਂ ਇੰਡੀਕਾਟ ਕਰਦੇ ਵੀ ਹਰ ਇੱਕ ਜਗ੍ਹਾ ਤੇ ਠੀਕ ਹੈ ਇੱਕ ਐਗਜ਼ਿਟ ਤੋਂ ਹਰ ਇੱਕ ਜਗ੍ਹਾ ਤੇ ਪਹੁੰਚਣਾ ਨਾ ਮੁਮਕੀਨ ਹੈ ਇਸ ਕਰਕੇ ਇਹ ਫਾਲਸ ਹੁੰਦਾ ਇੰਡੀਕਾ ਕਿ ਪਰ ਰੈਜੁੰਜੇre ਮਿਲਾਨੋ ਬੀਸੋਨੀਆ ਪਰਕੋਰਰੇ ਲੇ ਆਉਟੋਸਟਰਾਡਾ ਨੰਬਰ 472 ਇੰਡੀਕੇਟ ਕਰਦਾ ਹੈ ਕਿ ਪਹੁੰਚਣ ਲਈ ਮਿਲਾਨੋ ਮਿਲਾਨੋ ਪਹੁੰਚਣ ਲਈ ਕਹਿੰਦਾ 472 ਨੰਬਰ ਦੀ ਸੜਕਾਂ ਪਰ ਫੜਨੀ ਪੈਣੀ ਫਾਲਸੋ ਇੱਥੇ ਕਿਲੋਮੀਟਰ ਦੱਸੇ ਗਏ ਨੇ ਇੰਡੀਕਾ ਕੇ ਮਾਂਕ ਨੂੰ ਚੈਂਤ ਹੋ ਤਾਂ ਤਾਂ ਕਿਲੋਮੀਟਰ ਪੈਰ ਆਰ ਐਡੀ ਸਰਵਿਸਿਓ ਡਿਫਰੈਂਸ ਹੈ ਇੰਡੀਕੇਟ ਕਰਦਾ ਹੈ ਕਿ ਰਹਿ ਗਏ ਨੇ 180 ਕਿਲੋਮੀਟਰ ਪੈਰ ਆਰ ਐਡੀ ਸਰਵਿਸਿਓ ਵੀ ਇੱਕ ਸਰਵਿਸ ਏਰੀਆ ਫਿਰੈਂਸ ਹੈ ਦਾ 180 ਕਿਲੋਮੀਟਰ ਦੂਰ ਹੈ ਫਾਲਸੋ ਇੰਡੀਕਾ ਪੈਰ ਓਨੀ ਲੋਕਾਲਿਟਾ ਇਲ ਨੂਮਰੋ ਦੇ ਲਾ ਸਟਰਾਦਾ ਦਾ ਪਰ ਕੋਰੇ ਇੰਡੀਕੇਟ ਕਰਦਾ ਹੈ ਕਿ ਹਰ ਇੱਕ ਜਗ੍ਹਾ ਨੰਬਰ ਸੜਕ ਦਾ ਜਿੱਦੇ ਤਪਾ ਜਾਣੇ ਪਿਆ ਕਹਿੰਦਾ ਇੰਡੀਕੇਟ ਕਰਦਾ ਪੈ ਜਿਹੜੀ ਸੜਕ ਤੇ ਆਪਾਂ ਤੁਰਨੇ ਪਿਆ ਹਰ ਇੱਕ ਜਗ੍ਹਾ ਦੀ ਜਿਹੜੀ ਸੜਕ ਆਪਾਂ ਤੁਰਨੇ ਪਿਆ ਉਹਦੇ ਤੇ ਨੰਬਰ ਦਿੱਤਾ ਗਿਆ ਫਾਲਸੋ ਇਹ ਨੰਬਰ ਨਹੀਂ ਹੈਗਾ ਇਹ ਕਿਲੋਮੀਟਰ ਆ ਵੱਧੇ ਅੱਗੇ ਇੰਦੀਕਾਈ ਕਿਲੋਮੀਟਰੀ ਜਾਂ ਫਾਤੀ ਦਾ ਲੌਕਲਿਟੀ ਇੰਡੀਕੇਟ ਕਰਦਾ ਇੰਡੀਕੇਟ ਕਰਦਾ ਕਿਲੋਮੀਟਰ ਜਾਂ ਫਾਤੀ ਜਿਹੜੇ ਕਰਤੇ ਨੇ ਆਪਾਂ ਪੂਰੇ ਜਗ੍ਹਾ ਦੇ ਮਿਲ ਕੇ ਇੰਡੀਕੇਟ ਕੀਤੀ ਗਈ ਆ ਕਦੇ ਜਿਹੜੇ ਕਿਲੋ ਜਿਹੜੇ ਕਿਲੋਮੀਟਰ ਜਿਾ ਲਿਖੇ ਨੇ ਇਹ ਉਹ ਕਿਲੋਮੀਟਰ ਜਿਹੜੇ ਆਪਾਂ ਕੰਪਲੀਟ ਕਰ ਲਏ ਨੇ ਫਾਲਸੋ ਇਹ ਉਹ ਨੇ ਜਿਹੜੇ ਆਪਾਂ ਕੰਪਲੀਟ ਕਰਨੇ ਨੇ ਫਿਰੈਂਸੇ ਪਹੁੰਚਣ ਲਈ ਇਹ ਉਹ ਨੇ ਜਿਹੜੇ ਆਪਾਂ ਬਲੋਨੀਆ ਪਹੁੰਚਣ ਲਈ ਕੰਪਲੀਟ ਕਰਨੇ ਨੇ ਇਹ ਉਹ ਨੇ ਜਿਹੜੇ ਆਪਾਂ ਮਿਲਾਨੋ ਪਹੁੰਚਣ ਲਈ ਕੰਪਲੀਟ ਕਰਨੇ ਨੇ ਸੋ ਇਹ ਫਾਲਸ ਹੁੰਦਾ ਵੱਧਾ ਅੱਗੇ ਐ ਪੋਸਟੋ ਸੁੱਲੇ ਸਟਰਾਡੇ ਐਕਸਟਰਬਾਨੇ ਕਨੇ ਲੱਗਾ ਹੁੰਦਾ ਸੜਕਾਂ ਤੇ ਜਿਹੜੀ ਕਿ ਐਕਸਟਰਬਾਨੇ ਵਾਲੀਆਂ ਹੁੰਦੀਆਂ ਨੇ ਫਾਲਸੋ ਇਹ ਆਉਤੋ ਸਰਾਦਾ ਦੇ ਆ ਸੋ ਓਕੇ ਜੀ ਅਸੀਂ ਬਣਾ ਅੱਜ ਦਾ ਐਪੀਸੋਡ ਮਿਲਾਂਗੇ ਉਹ ਨੈਕਸਟ ਐਪੀਸੋ Ok, In presenza dell'isola di traffico Ripresentata in figura Il veicolo A può svoltare a sinistra Dando precedenza al veicolo C In questo momento Isola di traffico In presenza dell'isola di traffico Quando l'isola di traffico è in figura Gli ho mostrato Il A può svoltare a sinistra A sakdiye, Khabbe passe, ਦਾਨਦੋ ਲਾ ਪ੍ਰੇਸੀਡੈਂਸਾ ਅਲ ਵਿਕੋਲੋ ਸੀ ਸੀ ਗੱਡੀ ਨੂੰ ਪਹਿਲ ਦਿੰਦੇ ਹੋਏ ਮੁੜ ਸਕਦੀ ਹੈ ਫਾਲਸੋ ਕਿਉਂਕਿ ਇੱਥੇ ਸਾਰੇ ਸਟਰੀਸ਼ ਜਿਹੜੇ ਨੇ ਕੰਟੀਨਿਊ ਨੇ ਗੱਡੀ ਜਿਹੜੀ A ਆ ਉਹ ਮੋੜ ਨਹੀਂ ਸਕਦੀ ਖੱਬੇ ਪਾਸੇ ਠੀਕ ਉਹ ਸਿਰਫ ਸਿੱਧਾ ਜਾ ਸਕਦੀ ਹੈ ਤੇ ਜਿਹੜੀ ਗੱਡੀ C ਆ ਉਹ ਸਿਰਫ ਇੱਧਰ ਜਾ ਸਕਦੀ ਹੈ ਇੱਧਰ ਨਹੀਂ ਜਾ ਸਕਦੀ ਤੇ ਗੱਡੀ ਜਿਹੜੀ B ਆ ਉਹ ਸਿਰਫ ਇੱਧਰ ਜਾ ਸਕਦੀ ਹੈ ਸਿੱਧਾ ਨਹੀਂ ਜਾ ਸਕਦੀ ਕਿਉਂਕਿ ਸਾਰੇ ਸਟਰੀਸ਼ੇ ਬੰਦ ਨੇ ਕਿਸੇ ਵੀ ਤਰ੍ਹਾਂ ਤੋਂ ਕੋਈ ਵੀ ਜਿਹੜਾ ਸਟਰੀਸ਼ਾ ਹੈ ਉਹ ਡਿਸਕੰਟੀਨਿਊ ਨਹੀਂ ਹੈਗਾ ਸੋ ਇਸ ਕਰਕੇ ਆ ਫਾਲਸੋ ਬਣ ਜਾਂਦਾ ਹੈ ਬਦਦੇ ਅਗਲੇ ਸਵਾਲ ਤੇ da streetcia bianca discontinua in figura nelle strade a senso unico è posto nei dossi per dividere i due sensi di marcia so apne sawala jawab menu comments vich vear da bhi follow daf te banere idai pp ka channel nal like share subscribe karte reho milaange tuhanu next episode vich tab tak layi rakh rakha